ਸ਼ੰਭੂ ਬੈਰੀਅਰ ਤੇ ਕਿਸਾਨ ਮੋਰਚੇ ਦੀ ਅੱਜ ਦੂਜੀ ਰਾਤ ਹੈ ਤਾਂ ਦੂਜੀ ਰਾਤ ਵੇਲੇ ਕਿਸ ਤਰ੍ਹਾਂ ਦੇ ਹਾਲਾਤ ਨੇ, ਕੀ ਤਸਵੀਰ ਹੈ ਪਿੱਛੇ? ਤੁਸੀਂ ਜਿੱਥੋਂ ਤੱਕ ਤੁਹਾਡੀ ਨਜ਼ਰ ਜਾਏਗੀ ਤੁਹਾਨੂੰ ਇਹ ਟਰੈਕਟਰ ਟਰਾਲੀਆਂ ਇੱਕ ਤਰਤੀਬ ਦੇ ਵਿੱਚ ਲੱਗੀਆਂ ਹੋਈਆਂ ਨਜ਼ਰ ਆਉਣਗੀਆਂ। ਔਰ ਕਿਉਂਕਿ ਰਾਤ ਹੋ ਚੱਲੀ ਹੈ, ਹਨੇਰਾ ਹੋ ਚੱਲਿਆ, ਤਾਂ ਕਿਸਾਨ ਆਪਣੀਆਂ ਆਪਣੀਆਂ ਟਰਾਲੀਆਂ ਵੱਲ ਨੂੰ ਚੱਲ ਪਏ ਨੇ, ਕਿਉਂਕਿ ਜਿੱਦਾਂ ਸ਼ਾਮ ਹੁੰਦੀ ਹੈ ਤਾਂ ਹਰ ਕੋਈ ਆਪਣੇ ਘਰ ਵੱਲ ਨੂੰ ਜਾਂਦਾ, ਪਰ ਹੁਣ ਇਹਨਾਂ ਦਾ ਘਰ ਇਹੀ ਟਰਾਲੀਆਂ ਨੇ, ਤਾਂ ਇਹਨਾਂ ਟਰਾਲੀਆਂ ਦੇ ਵੱਲ ਚਾਲੇ ਪਾ ਰਹੇ ਨੇ। ਇੱਧਰ ਇੱਕ ਬਜ਼ੁਰਗ ਕਿਸਾਨ ਬੈਠੇ ਨੇ, ਜਲੇਬੀ ਛਕ ਰਹੇ ਨੇ, ਕਿਉਂਕਿ ਇੱਧਰ ਸਾਹਮਣੇ ਬਿਲਕੁਲ ਜਲੇਬੀ ਦਾ ਲੰਗਰ ਲੱਗਿਆ, ਇੱਧਰ ਜਲੇਬੀਆਂ ਦਾ ਲੰਗਰ ਲੱਗਿਆ। ਔਰ ਕਹਿੰਦੇ ਨੇ ਕਿ ਅੱਜ ਡਰੋਨ ਸਿੱਟਿਆ ਪਤੰਗ ਨਾਲ ਤੇ ਜਲੇਬੀਆਂ ਦਾ ਲੰਗਰ ਲਾਤਾ। ਬਾਈ ਜੀ ਸਪੈਸ਼ਲ ਲੰਗਰ ਅੱਜ? ਬਾਈ ਜੀ ਕੱਲ ਨਾ ਇੰਨਾ ਤੰਗ ਕਰਿਆ ਨਾ ਡਰੋਨ ਨੇ, ਦੁਖੀ ਕਰਕੇ ਰੱਖੇ, ਅੱਜ ਮੁੰਡੇ ਦਾ ਧੰਨਵਾਦ ਕਰਦੇ ਆ। ਕਮਾਲ ਦੀ ਪਤੰਗਬਾਜ਼ੀ ਕਰੀਏ ਜੀ, ਸਵਾਦ ਲਿਆਤਾ ਜੀ। ਬਸੰਤ ਪੰਚਮੀ ਬਿਲਕੁਲ ਜੀ, ਬਿਲਕੁਲ ਬਿਲਕੁਲ ਜੀ, ਅੱਜ ਮਾਲਕ ਦੀ ਕਿਰਪਾ ਦੇਖੋ। ਕੱਲ ਹਵਾ ਵੀ ਪੂਰਾ ਚੱਲਦੀ ਸੀ, ਅੱਜ ਹਵਾ ਹੀ ਪਸ਼ੂਆ ਹੋ ਗਈ। ਮਹਾਰਾਜ ਦੀ ਕਲਾ ਵਰਤਦੀ ਹੈ, ਮੁੰਡਿਆਂ ਨੇ ਸਵੇਰ ਦੇ ਲੱਗੇ ਹੋਏ ਸੀਗੇ, ਸ਼ਾਮ ਨੂੰ ਜਾ ਕੇ ਐਂਡ ਦੇ ਟਾਈਮ ਦੇ ਵਿੱਚ ਉਹ ਡਰੋਨ ਸੱਟੇ ਲਿਆ। ਇਹ ਉਹ ਡਰੋਨ ਦੀ ਖੁਸ਼ੀ ਪੱਤੀ ਲੰਗਰ ਲਾਤਾ, ਤਾਂ ਜਲੇਬੀਆਂ ਦਾ ਲੰਗਰ ਲਾਇਆ ਜੀ, ਇਹ ਚੱਲ ਰਿਹਾ। ਤਾਂ ਇਹ ਤਸਵੀਰਾਂ ਨੇ ਜੀ, ਇੱਧਰ ਤੁਹਾਨੂੰ ਟਰਾਲੀਆਂ ਦੀਆਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਇੱਧਰ ਟਰਾਲੀ, ਕਿਉਂਕਿ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਇਹੀ ਟਰਾਲੀਆਂ ਹੁਣ ਇਹਨਾਂ ਕਿਸਾਨਾਂ ਦਾ ਘਰ ਹੈ। ਇੱਧਰ ਕੁਝ ਬਜ਼ੁਰਗ ਕਿਸਾਨ ਪ੍ਰਸ਼ਾਦਾ ਛਕ ਰਹੇ ਨੇ, ਕੁਝ ਨੇ ਆਪਣਾ ਬਿਸਤਰਾ ਮੱਲ ਲਿਆ ਪਿੱਛੇ। ਇੱਧਰ ਇੱਕ ਬਾਪੂ ਜੀ ਹੇਠਲੇ ਪਾਸੇ ਮੋਰਚਾ ਲਾਈ ਬੈਠੇ ਆ। ਬਾਪੂ ਜੀ ਟਰਾਲੀਆਂ ਥੱਲੇ ਲਾਇਆ ਮੋਰਚਾ? ਹਾਂਜੀ ਹਾਂਜੀ, ਮੈਂ ਟਾਈ ਥੱਲੇ ਲਾਇਆ ਭਾਈ ਮੋਰਚਾ, ਪ੍ਰਸ਼ਾਦਾ ਛਕਣਾ ਵਾ, ਹੁਣ ਥੱਲੇ ਬੈਠੇ ਆ ਮਾਂ ਦੇ ਨਾਲ। ਕਿਹੜਾ ਪਿੰਡ ਤੁਹਾਡਾ? ਸਾਡਾ ਪਿੰਡ ਸੋ ਛੱਠੀ ਤਰਨ ਤਾਰਨ, ਸਾਡਾ ਜ਼ਿਲ੍ਹਾ ਵਾ ਤਰਨ ਤਾਰਨ। ਬਾਬਾ ਜੀ ਮਾਝੇ ਵਾਲੇ ਪਾਸੇ ਆਏ ਆ ਤਰਨ ਤਾਰਨ ਤੋਂ। ਇੱਧਰ ਅੰਦਰ ਟਰਾਲੀ ਦੇ ਵਿੱਚ ਲਾਈਟ ਵੀ ਜਾਗ ਰਹੀ ਹੈ, ਪ੍ਰਸ਼ਾਦੇ ਵੀ ਚੱਲ ਰਹੇ ਆ, ਥੱਲੇ ਗੱਦੇ ਨੇ ਤੇ ਉੱਤੇ ਰਜਾਈਆਂ ਖੇਸਾਂ ਦਾ ਵੀ ਪ੍ਰਬੰਧ ਆ। ਤਾਂ ਇਸੇ ਤਰ੍ਹਾਂ ਦੀਆਂ ਤਸਵੀਰਾਂ ਤੁਹਾਨੂੰ ਅੱਗੇ ਲੈ ਚੱਲਦੇ ਹਾਂ ਕਿ ਆਖਿਰ ਕਿਸ ਤਰ੍ਹਾਂ ਦੀ ਤਸਵੀਰ ਹੈ। ਇਸ ਵੇਲੇ ਜਦੋਂ ਹਨੇਰਾ ਹੋ ਗਿਆ ਤਾਂ ਟਰੈਕਟਰ ਵੀ ਗਰਮ ਕੀਤੇ ਜਾ ਰਹੇ ਨੇ, ਕਿਉਂਕਿ ਖੜੇ ਨੇ ਕੱਲ ਦੇ ਖੜੇ ਨੇ, ਤੇ ਇਹਨਾਂ ਨੂੰ ਸਟਾਰਟ ਵੀ ਨਾਲ ਦੀ ਨਾਲ ਬੈਟਰੀਆਂ ਬੂਟਰੀਆਂ ਤਾਂ ਕਿ ਚਾਰਜ ਹੋਣ। ਔਰ ਕਿਉਂਕਿ ਇਸੇ ਬੈਟਰੀ ਤੋਂ ਲਾਈਟ ਦਾ ਕੰਮ ਲਿਆ ਜਾ ਰਿਹਾ। ਇੱਕ ਇੱਧਰ ਇੱਕ ਇਹ ਟਰਾਲੀ ਬਾਪੂ ਜੀ ਬੈਠੇ ਨੇ, ਨਾਲ ਇੱਕ ਨੌਜਵਾਨ ਕਿਸਾਨ ਬੈਠਾ। ਤਾਂ ਇਹ ਇੱਕ ਮਿੰਟ, ਹਾਂਜੀ ਕੀ ਗੱਲ ਹੋ ਗਈ ਬਾਪੂ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਹ ਵੇਖੋ ਜੀ, ਸਾਡੇ ਬੱਚੇ ਦੇ ਨਾ ਗੋਲੀ ਵੱਜੀ ਆ ਰਬੜ ਦੀ। ਅੱਛਾ, ਇਹਨਾਂ ਦੇ ਵੱਜੀ ਹੈ? ਔਰਾਂ ਲਿਆ ਕਬੀਰ, ਕਿੱਥੇ ਸੀ ਉਦੋਂ, ਕਿੱਦਾਂ ਵੱਜੀ? ਉੱਥੇ ਅੱਗੇ ਸੀ ਇਹਦੇ, ਉਹ ਪਹਿਲਾਂ ਧੂਏ ਦੇ ਗਿਆ ਸੁੱਟਣ ਡੇ ਗੋਲੇ, ਤੇ ਜਦੋਂ ਅਸੀਂ ਭੱਜਣ ਲੱਗੇ ਤੇ ਮਗਰੋਂ ਆਹ ਚਲਾਤੇ। ਕਿੱਥੇ ਵੱਜਿਆ ਤੁਹਾਡੇ? ਛਾਤੀ ਤੇ ਵੱਜਿਆ ਸੀ ਅੱਗੇ। ਠੀਕ ਹੋ ਤੁਸੀਂ? ਜ਼ਖਮ ਤੋਂ ਬਚਤ ਹੈ? ਨਹੀਂ, ਜ਼ਖਮ ਤੋਂ ਬਚੇ। ਤਾਂ ਇਹ ਜਦੋਂ ਦੂਜੇ ਪਾਸਿਓਂ ਬਾਰਡਰ ਦੇ ਪਾਰ ਤੋਂ ਅਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਸੀ, ਤਾਂ ਉਹਨਾਂ ਦੌਰਾਨ ਇਸ ਨੌਜਵਾਨ ਕਿਸਾਨ ਨੂੰ ਸੱਟ ਲੱਗੀ ਹੈ। ਤਾਂ ਇਹ ਬਜ਼ੁਰਗ ਉਹਨਾਂ ਦੇ ਨਾਲ, ਉਹਨਾਂ ਦੇ ਪਰਿਵਾਰਕ ਮੈਂਬਰ ਹੋਣਗੇ। ਤਾਂ ਇਹ ਤਸਵੀਰਾਂ ਬਾਕੀ ਟਰਾਲੀਆਂ ਦੀਆਂ। ਤਾਂ ਜ਼ਿਆਦਾਤਰ ਜਿਹੜੇ ਨੌਜਵਾਨ ਕਿਸਾਨ ਨੇ ਉਹ ਹਲੇ ਸੜਕਾਂ 'ਤੇ ਨਜ਼ਰ ਆ ਰਹੇ, ਪਰ ਬਜ਼ੁਰਗਾਂ ਨੇ ਮੋਰਚਾ ਮੱਲ ਲਿਆ, ਬਜ਼ੁਰਗਾਂ ਨੇ ਆਪਦੇ ਬਿਸਤਰ ਸਾਂਭ ਲਏ ਨੇ। ਇੱਧਰ ਬਾਪੂ ਜੀ ਜਿਹੜੀ ਘਰੇ ਸਿਰਿਆਂ ਲਾ ਕੇ ਹਟੇ ਲੱਗਦਾ, ਬਾਪੂ ਜੀ ਘਰੇ ਸਿਰਿਆਂ ਲਾ ਕੇ ਹਟੇ ਹੈ? ਬਾਪੂ ਜੀ ਹਾਲਾਤ ਕੀ ਲੱਗਦੇ ਆ, ਮੋਰਚੇ ਦਾ ਕੀ ਬਣਨਾ? ਲਾਤਾ ਹੁਣ ਕੀ ਰਹੀ ਤਾਂ ਬੈਠੇ ਆ ਜੀ, ਮੰਜੇ ਪੁੱਠੇ ਕਰਕੇ ਆਏ ਆ, ਜੇ ਕੋਈ ਮਿਲ ਗਿਆ ਤੇ ਸਿੱਧੇ ਕਰ ਦਿਆਂਗੇ, ਨਹੀਂ ਤਾਂ ਬੈਠੇ ਆ। ਮੋਰਚਾ ਲਾਤਾ ਕਹਿੰਦੇ, ਹੁਣ ਬੈਠੇ ਆ, ਕੋਈ ਪਰਵਾਹ ਨੀ।
ਤਾਂ ਇਹ ਤਸਵੀਰਾਂ ਨੇ ਜੀ, ਇਹ ਆਪਣੇ ਆਪਣੇ ਇਲਾਕੇ ਦਾ ਜਾਂ ਆਪਣੇ ਆਪਣੀ ਜਥੇਬੰਦੀ ਦੇ ਪੋਸਟਰ ਨੇ, ਬੈਨਰ ਨੇ ਔਰ ਝੰਡੇ ਨੇ, ਕਿਸਾਨੀ ਝੰਡੇ ਔਰ ਨਾਲ ਪੰਥ ਦੇ ਝੰਡੇ ਵੀ ਨੇ ਟਰੈਕਟਰਾਂ ਤੇ, ਇੱਕ ਪਾਸੇ ਕਿਸਾਨੀ ਝੰਡਾ ਦੂਜੇ ਪਾਸੇ ਪੰਥ ਦਾ ਝੰਡਾ, ਤੇ ਟਰਾਲੀ ਦੇ ਅੰਦਰ ਕਮਰਾ, ਟਰਾਲੀ ਨੂੰ ਕਮਰੇ ਦਾ ਰੂਪ ਵੇਖੋ, ਹਨੇਰਾ ਹੋ ਗਿਆ ਪੈਣ ਦਾ ਟਾਈਮ, ਪਰ ਝੰਡੇ ਹੱਥਾਂ 'ਚ ਨੇ। ਇਹ ਜੋਸ਼ ਹੈ ਕਿਸਾਨਾਂ ਦਾ, ਇੱਕ ਸੁਨੇਹਾ ਦੇਣ ਦੀ ਕੋਸ਼ਿਸ਼। ਤਾਂ ਇਹ ਵੀਰ ਜਾਂਦੇ ਜਾਂਦੇ ਪ੍ਰਸ਼ਾਦਾ ਛਕੀ ਜਾਂਦੇ ਹੋ? ਦੇਖੋ ਜੀ, ਜਥੇ ਮਿਲ ਗਿਆ ਛਕ ਲਿਆ, ਹਾਂਜੀ ਗੁਰੂ ਦੇ ਲੰਗਰ ਬਹੁਤ ਲੱਗੇ ਨੇ ਰਸਤੇ ਦੇ ਵਿੱਚ। ਤਾਂ ਇਹ ਵੀਰ ਹੁਣੀ ਤੁਰੇ ਵੀ ਜਾ ਰਹੇ ਨੇ ਆਪਦੇ ਮੋਰਚੇ ਵੱਲ ਨੂੰ, ਤਾਂ ਪ੍ਰਸ਼ਾਦਾ ਪਾਣੀ ਵੀ ਛਕ ਰਹੇ ਨੇ। ਤਾਂ ਇਹ ਇਸ ਤਰ੍ਹਾਂ ਦੇ ਜਿਹੜੇ ਧਰਨੇ ਪ੍ਰਦਰਸ਼ਨ ਹੁੰਦੇ ਨੇ, ਇੱਥੋਂ ਦੀਆਂ ਜਿਹੜੀਆਂ ਕੁਝ ਖਾਸ ਤਸਵੀਰਾਂ ਹੁੰਦੀਆਂ ਨੇ। ਔਰ ਇਹ ਟਰਾਲੀ ਦੇ ਵਿੱਚ ਦੇਖੋ, ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਇੱਧਰ ਵੀ ਗੈਸ ਤੱਕ ਦਾ ਪ੍ਰਬੰਧ ਹੈ, ਇੱਧਰ ਗੈਸ ਰੱਖਿਆ ਹੋਇਆ, ਇੱਧਰ ਚੁੱਲ੍ਹਾ, ਇੱਧਰ ਗੈਸ ਰੱਖਿਆ ਹੋਇਆ, ਪਿੱਛੇ ਬਜ਼ੁਰਗ ਬੈਠੇ ਨੇ, ਮੂਹਰੇ ਨੌਜਵਾਨ ਬੈਠਾ ਵੀ ਰਾਜਾ ਮੜੇ ਵੀਰੇ ਨੂੰ। ਅੱਛਾ ਕੀ ਧਰਿਆ? ਦੁੱਧ ਆਈ, ਦੁੱਧ ਧਰਿਆ, ਦੁੱਧ ਬੱਤੀ ਪਾਉਣੀ ਹੈ। ਹਾਂ ਜੀ, ਦੁੱਧ ਕਦੋਂ ਕਵਾਲਾ ਆਜੂ? ਬਸ ਆਇਆ ਵਾ, ਫਿਰ ਅਸੀਂ ਵੀ ਆ ਜਾਵਾਂਗੇ ਨਾ। ਆਜੋ ਜੀ, ਆਜੋ, ਬਣਿਆ ਪਿਆ। ਅੱਜ ਕਿਵੇਂ, ਅੱਜ ਦਾ ਪੂਰਾ ਦਿਨ ਜੋ ਕੁਝ ਪੂਰਾ ਘਟਨਾਕ੍ਰਮ ਚੱਲਿਆ ਕਿਵੇਂ ਦੇਖਦੇ ਹੋ? ਬਸ ਦੇਖੀਏ ਜੀ, ਤੁਸੀਂ ਬੜਾ ਗਾਂਹ ਨੂੰ ਆਜੋ, ਫਿਰ ਧੱਕਾ ਕਰ ਰਹੀ ਹੈ ਸਰਕਾਰ, ਇਸ ਤੋਂ ਮਾੜਾ ਹਾਲਤ ਕਦੇ ਨਹੀਂ ਦੇਖਿਆ, ਇੱਦਾਂ ਦਾ ਪਾਕਿਸਤਾਨ ਦੇ ਬਾਰਡਰ ਤੇ ਨਹੀਂ ਦੇਖਿਆ। ਮੈਂ 20 ਸਾਲ ਫੌਜ ਦੀ ਨੌਕਰੀ ਕਰਕੇ ਆ। ਅੱਛਾ, ਤੁਸੀਂ ਸਾਬਕਾ ਫੌਜੀ ਹੋ? ਸਾਬਕਾ ਫੌਜੀ ਹਾਂ ਮੈਂ, 20 ਸਾਲ ਮੈਂ ਨੌਕਰੀ ਕਰਕੇ, ਕਦੇ ਪਾਕਿਸਤਾਨ ਦੇ ਬਾਰਡਰ ਤੇ ਨਹੀਂ ਆਹ ਕੁਝ ਦੇਖਿਆ। ਇਹ ਤਾਂ ਆਪਣੇ ਹੀ ਬੰਦਿਆਂ ਦੇ ਕੋਲ, ਇਹਦੇ ਨਾਲੋਂ ਤਾਂ ਇਹ ਕਹਿੰਦਾ ਹੈ ਹੁਣ ਵੀ ਇਹ ਅੱਤਵਾਦੀ ਆ, ਫਲਾਣਾ ਹੈ, ਧਿਮਕਾ ਹੈ, ਇਹ ਬੋਲੀ ਜਾਂਦੇ ਨੇ ਬੀਜੇਪੀ ਦੇ ਲੀਡਰ। ਉਹ ਅੱਤਵਾਦੀ ਤਾਂ ਸਾਨੂੰ ਇਹਨਾਂ ਨੇ ਆਪ ਹੀ ਬਣਾ ਰੱਖਿਆ, ਬਾਰਡਰ ਬਣਾਤਾ ਪਾਕਿਸਤਾਨ ਦਾ ਬਾਰਡਰ। ਨਹੀਂ, ਜਿਸ ਤਰ੍ਹਾਂ ਦੇ ਵੈਪਨ ਦਾ ਇਸਤੇਮਾਲ ਹੋ ਰਿਹਾ ਜਾਂ ਜਿਸ ਤਰ੍ਹਾਂ ਦਾ ਇਕਵਿਪਮੈਂਟ ਹੈ, ਜਿਸ ਤਰ੍ਹਾਂ ਦੇ ਉਹ ਗੋਲੇ ਸਿੱਟੇ ਜਾ ਰਹੇ ਨੇ, ਇਹ ਵੈਸੇ ਆਮ ਉਮਨ ਕਿੱਦਾਂ ਇਸਤੇਮਾਲ ਹੁੰਦੇ? ਜੋ ਗੋਲੇ ਇਹ ਸਿੱਟੀ ਜਾ ਰਹੇ ਨੇ ਨਜਾਇਜ਼ ਕਰ ਰਹੇ ਨੇ, ਇਹ ਗੋਲੇ ਇੱਦਾਂ ਨਹੀਂ ਸਿੱਟੀ ਜਾਂਦੇ, ਇਹ ਜਿਹੜੇ ਗੋਲੇ ਨੇ ਇਹਨਾਂ ਦੇ ਵਿੱਚੋਂ ਤਾਂ ਸਰਰੇ ਨਿਕਲ ਰਹੇ ਨੇ, ਫਿਰ ਓਵਰਡੇਟ ਗੋਲੇ ਨੇ ਇਹ ਨਜਾਇਜ਼ ਕਿਸਾਨਾਂ ਨੂੰ ਦਬਾਉਣ ਦੇ ਵਾਸਤੇ ਸਰਕਾਰ ਕਰ ਰਹੀ ਆ। ਅੱਛਾ, ਕੀ ਅੱਗੇ ਰੂਪਰੇਖਾ ਕੀ ਰਹੇਗੀ, ਰੂਪਰੇਖਾ ਕੀ ਰਹਿਣੀ ਹੈ ਕਿਸਾਨਾਂ ਦੀ, ਕੀ ਸੋਚਿਆ ਇੱਥੇ? ਦੇਖੋ, ਅਸੀਂ ਤਾਂ ਮਾਸ ਕੇ ਆਏ ਹਾਂ, ਜੇ ਨਹੀਂ ਸਰਕਾਰ ਖੁੱਲੂਗੀ ਰਸਤਾ ਇੱਥੇ ਹੀ ਬੈਠਾਂਗੇ, ਜਦ ਤੱਕ ਇਲੈਕਸ਼ਨ ਨਹੀਂ ਖਤਮ ਨਹੀਂ ਹੁੰਦੀ ਜਦ ਤੱਕ ਤਾਂ ਬੈਠਾਂਗੇ, ਮੋਦੀ ਨੂੰ ਸਭ ਕੁਝ ਸਿਖਾਵਾਂਗੇ। ਤਾਂ ਸਾਫ਼ ਤੌਰ ਤੇ ਕਹਿੰਦੇ ਨੇ ਜੀ, ਮੋਰਚਾ ਮੱਲ ਲਿਆ, ਬੈਠੇ ਹਾਂ ਤੇ ਇੱਥੇ ਹੀ ਬੈਠਾਂਗੇ। ਇਹ ਤਸਵੀਰ ਹੈ, ਦੁੱਧ ਨੂੰ ਵਾਲੇ ਦੇਈ ਜਾਂਦੇ ਆ, ਦੁੱਧ ਪੀ ਜਾਂਦੇ ਆ, ਜਿਹੜੀਆਂ ਦਿਨੇ ਮਾੜੀਆਂ ਮੋਟੀਆਂ ਜਿੱਦਾਂ ਆਉਂਦੇ ਵੀ ਦਰਦ ਦੁਰ ਦਾ ਦੁੱਧ ਚੁਗਿਆ ਜਾਊਗਾ, ਪੀਨੇ ਤੁਹਾਡੇ ਕੋਲੇ ਆਉਣੇ, ਅਸੀਂ ਰੱਖ ਲਓ ਸਾਡਾ ਹਿੱਸਾ। ਤਾਂ ਇਹ ਤਸਵੀਰਾਂ ਨੇ ਜੀ, ਇਹ ਵੱਖ ਵੱਖ ਟਰਾਲੀਆਂ ਦੇ ਵਿੱਚ ਇਸੇ ਤਰ੍ਹਾਂ ਆਪਣਾ ਆਪਣਾ ਘਰ ਕਹੀਏ ਬਣਾਵਾ, ਇੱਧਰ ਤਾਂ ਬਾਹਰ ਵੀ ਉਡਾਈ ਬੈਠੇ ਆ, ਤੁਹਾਡੇ ਵਾਲੇ ਘਰ ਵਾਲੇ ਪਾਸੇ ਲੈਟ ਮਾਰ ਲਈਏ ਜੀ, ਤੁਸੀਂ ਤਾਂ ਬਾਹਰ ਵੀ ਉਡਾਈ ਬੈਠੇ ਆ। ਅੱਛਾ ਅੱਛਾ, ਦਰਵਾਜ਼ਾ ਦਰੂਜਾ ਭੇੜ ਲਿਆ ਤੁਸੀਂ, ਠੰਡ ਲੱਗਦੇ ਬੜੇ ਬੰਦਿਆਂ ਨੂੰ, ਇਹ ਮੋਦੀ ਦਾ ਮੰਨਦਾ ਨਹੀਂ ਕਿਸੇ ਦੀ। ਅੱਛਾ ਬਾਬੂ ਜੀ, ਕਿਵੇਂ ਦੇਖਦੇ ਆ ਫਿਰ, ਕਿੰਨਾ ਕੁ ਸੰਘਰਸ਼ ਕਰਨਾ ਪਊ? ਜਿੰਨਾ ਮਰਜ਼ੀ ਹੋ ਜਾਵੇ, ਜੇ ਬੁੜੇ 65 ਸਾਲ ਦੀ ਉਮਰ ਹੋ ਗਈ, ਜੇ 90 ਸਾਲ ਲੰਘ ਜਾਣ, ਇੱਕ ਦੇ ਕਰੇਗੇ ਦੇਖੇ ਜੀ, ਜਾਂ ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਜਾਂ ਹਰਿਆਣਾ ਪੰਜਾਬੀ ਪਾਕਿਸਤਾਨ ਬਣਾਤਾ, ਕਿਆ ਕਰੇਗੇ ਅਸੀਂ ਲੋਕ? ਤਾਂ ਇਹ ਦੇਖੋ ਜੀ, ਕਹਿੰਦੇ ਭਾਈ ਹੁਣ ਬੁੜਾ ਸਰੀਰ ਹੈ, ਟਾਈਮ ਨਾਲ ਦਰਵਾਜ਼ਾ ਭੇੜਨ ਲੱਗੇ ਆ, ਤਾਂ ਫਿਰ ਜੇ ਟਰਾਲੀ ਦਾ ਕਮਰਾ ਤੇ ਤਰਪਾਲ ਦਾ ਦਰਵਾਜ਼ਾ, ਠੰਡ ਲੱਗੂ ਆਵੇ, ਟਾਈਮ ਨਾਲ ਕਹਿੰਦੇ ਆਪਾਂ ਆ ਜਾ ਦਰਵਾਜ਼ਾ ਭੇੜ, ਬਾਬੂ ਜੀ ਭੇੜ ਲਓ ਦਰਵਾਜ਼ਾ, ਕਰੋ ਆਰਾਮ, ਤੜਕੇ ਫਿਰ ਤੁਸੀਂ ਬਾਹਰ ਨਿਕਲਣਾ ਆਉਣਾ। ਤਾਂ ਇਹ ਪ੍ਰਸ਼ਾਦਾ ਵੀਰ ਜੀ, ਸ਼ਕੋ ਤੁਸੀਂ ਛਕਾਓ ਸੰਗਤ ਨੂੰ, ਤਾਂ ਇਹ ਪ੍ਰਸ਼ਾਦਾ ਦੀ ਸੇਵਾ ਚੱਲ ਰਹੀ ਆ, ਸਬਜ਼ੀ ਦੀ ਸੇਵਾ ਚੱਲ ਰਹੀ ਆ,
ਖਾਸ ਤੌਰ ਤੇ ਪੰਜਾਬੀਆਂ ਦੇ ਵੱਲੋਂ ਜਦੋਂ ਕੋਈ ਇਸ ਤਰ੍ਹਾਂ ਦੇ ਐਜੀਟੇਸ਼ਨ ਹੁੰਦੇ ਨੇ, ਇਸ ਤਰ੍ਹਾਂ ਸੰਘਰਸ਼ ਲੜੇ ਜਾਂਦੇ ਨੇ, ਹਾਲਾਂਕਿ ਇਹ ਤਸਵੀਰਾਂ ਹੁਣ ਲੋਕਾਂ ਦੇ ਜ਼ਿਹਨ ਦੇ ਵਿੱਚ ਵਸੀਆਂ ਹੋਈਆਂ। ਪਿੱਛੇ ਜਦੋਂ ਪਹਿਲਾਂ ਸਿੰਘੂ ਬਾਰਡਰ ਤੇ ਟਿਕਰੀ ਤੇ ਇਸ ਤਰ੍ਹਾਂ ਦੇ ਪ੍ਰਦਰਸ਼ਨ ਹੋਏ ਤਾਂ ਉਦੋਂ ਸਭ ਨੇ ਦੇਖਿਆ, ਦੁਨੀਆ ਪੱਧਰ ਤੇ ਉਹ ਤਸਵੀਰਾਂ ਗਈਆਂ ਤੇ ਕਿਵੇਂ ਉੱਥੇ ਵੀ ਆਸ ਪਾਸ ਦੇ ਲੋਕ ਜਿਹੜੇ ਆ ਲਗਾਤਾਰ ਮੇਲਾ ਦਾ ਸਾਲ ਸਵਾਸਲ ਉੱਥੇ ਹੀ ਲੰਗਰ ਛਕਦੇ ਰਹੇ। 13 ਮਹੀਨੇ ਜੀ ਇਹ ਚੱਲਦਾ ਰਿਹਾ ਵਾ, ਅੱਜ ਵੀ ਅੱਗੇ ਗੱਲ ਰਾਜ ਰਸਤੇ 'ਚ ਆਉਂਦੇ ਚੀਜ਼ ਵੇਖਦੇ ਪਏ ਹਾਂ। ਜਦੋਂ ਅਸੀਂ ਤੁਰ ਲੱਗੇ ਹਾਂ, ਆਮ ਤੌਰ 'ਤੇ ਚਰਚਾ ਸੀ ਕਿ ਪਹਿਲਾਂ ਵਰਗਾ ਅੰਦੋਲਨ ਨਹੀਂ ਚੱਲਣਾ ਕਿਉਂਕਿ ਲੋਕਾਂ ਦਾ ਸਾਥ ਨਹੀਂ ਆ। ਬਰਾੜ ਸਾਹਿਬ ਤੁਸੀਂ ਖੁਦ ਆਣ ਕੇ ਵੇਖੋ ਵੀ ਲੋਕਾਂ ਦਾ ਉਹਦੇ ਨਾਲੋਂ ਵੀ ਜ਼ਿਆਦਾ ਉਤਸ਼ਾਹ ਆ। ਅਸੀਂ ਜਦੋਂ ਤੁਰੇ ਹਾਂ, ਅਸੀਂ ਵਾਕਈ ਗੱਲ ਕਹਿੰਦੇ ਕਿ ਅਸੀਂ 6 ਮਹੀਨੇ ਦਾ ਰਾਸ਼ਨ ਲਿਆ। ਤੁਸੀਂ ਅੱਜ ਵੀ ਮੇਰੇ ਹਿਸਾਬ ਨਾਲ ਹਰ ਟਰਾਲੀ ਦੇ ਵਿੱਚ ਝਾਤੀ ਮਾਰੋ, ਜਿਹੜੀਆਂ ਉਹਨਾਂ ਨੇ ਜਿੱਦਾਂ ਜਿੱਦਾਂ ਗੰਢਾਂ ਬੱਧੀਆਂ ਨਾ, ਉਹਨਾਂ ਨੂੰ ਗੰਢਾਂ ਖੋਲਣ ਦਾ ਵੀ ਮੌਕਾ ਨਹੀਂ ਦਿੱਤਾ। ਮੈਂ ਧੰਨਵਾਦ ਕਰਦਾ ਇਲਾਕੇ ਦੀਆਂ ਸੰਗਤਾਂ, ਜਦੋਂ ਦੇ ਅਸੀਂ ਜ਼ਿਲ੍ਹਾ ਗੁਰਦਾਸਪੁਰ ਤੋਂ ਚੱਲੇ ਹਾਂ, ਰਸਤੇ ਵਿੱਚ ਜਿੱਥੇ ਜਿੱਥੇ ਵੀ ਕਿਸੇ ਨੂੰ ਮੌਕਾ ਮਿਲਿਆ, ਸੰਗਤ ਨੇ ਖਲਿਆਰ ਕੇ ਪਾਣੀ ਦੀ ਸੇਵਾ, ਚਾਹ ਦੀ ਸੇਵਾ ਅਤੇ ਜਿੱਥੇ ਅਸੀਂ ਆ ਕੇ ਪੜਾਅ ਲਾਤਾ, ਇੱਥੇ ਦੀ ਤਾਂ ਤੁਸੀਂ ਗੱਲਾਂ ਛੱਡ ਦਿਓ ਕਿ ਮੈਨੂੰ ਲੱਗਦਾ ਕਿ ਇਲਾਕੇ ਪੂਰੇ ਦੀਆਂ ਮਤਲਬ ਜੋ ਵੀ ਰਾਜਪੁਰਾ ਪਟਿਆਲਾ ਮਤਲਬ ਮੇਰੇ ਕੋਲ ਹੁਣੇ ਉੱਥੇ ਪਿੱਛੇ ਸਿੰਘ ਵੀਰ ਮਿਲੇ, ਉਹਨਾਂ ਨੂੰ ਪੁੱਛਿਆ, ਉਹ ਕਹਿੰਦੇ ਅਸੀਂ ਤ੍ਰਿਮਣ ਇੱਥੋਂ 35 ਕਿਲੋਮੀਟਰ ਤੋਂ ਦੂਰ ਉਹ ਘਰੋਂ ਪ੍ਰਸ਼ਾਦਾ ਤਿਆਰ ਕਰਕੇ ਦੋਵੇਂ ਮੀਆਂ ਬੀਵੀ ਸਪੈਸ਼ਲ ਆਉਂਦੇ ਵੀ ਅਸੀਂ ਸੇਵਾ ਕਰਨ ਵਾਸਤੇ ਇੱਥੇ ਆਏ ਹਾਂ ਵੀ ਪਿਛਲੀ ਵਾਰੀ ਅਸੀਂ ਦਿੱਲੀ ਵਿੱਚ ਨਹੀਂ ਪਹੁੰਚ ਸਕੇ। ਅਸੀਂ ਚਾਹੁੰਦੇ ਕਿ ਜਿਹੜਾ ਅਸੀਂ ਪਿਛਲੀ ਵਾਰ ਕੁਛ ਆਪਣਾ ਕਰਮਾਂ 'ਚ ਵਿੱਚ ਨਹੀਂ ਸਾਡੇ ਵੇਖਣ ਦਾ, ਉਹ ਇੱਥੇ ਆਪ ਖੁਦ ਆ ਕੇ ਵੇਖਿਆ। ਲੋਕ ਬੱਚਿਆਂ ਨੂੰ ਨਾਲ ਲੈ ਕੇ ਆ ਰਹੇ ਵੀ ਆਹ ਵੇਖੋ 80-80 90-90 ਸਾਲਾਂ ਦੇ ਬਜ਼ੁਰਗ ਜਿਹੜੇ ਆ ਕਿਵੇਂ ਰਾਤ ਨੂੰ ਠੰਡ ਦੀਆਂ ਰਾਤਾਂ ਦੇ ਵਿੱਚ ਇਹਨਾਂ ਟਰਾਲੀਆਂ ਨੂੰ ਆਪਣੇ ਜਿਹੜੇ ਆ ਕਮਰੇ ਬਣਾ ਕੇ ਬੈਠੇ ਆ। ਅੱਛਾ, ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਕਿ ਤੁਹਾਨੂੰ ਵੀ ਨਹੀਂ ਸੀ ਲੱਗਦਾ ਕਿ ਇੰਨਾ ਵੱਡਾ ਜਿਹੜਾ ਹੈਗਾ ਸਮਰਥਨ ਹੋ ਜਾਏਗਾ, ਇੰਨਾ ਵੱਡਾ ਸੰਘਰਸ਼ ਜਿਹੜਾ ਹੈਗਾ ਵਿੱਢਿਆ ਜਾਏਗਾ, ਇਹ ਕਰੀਬ ਕਰੀਬ ਸਭ ਦੇ ਜ਼ਿਹਨ ਦੇ ਵਿੱਚ ਇਹ ਹੋਏਗੀ, ਪਰ ਹੁਣ ਜਦੋਂ ਲੋਕ ਆ ਗਏ ਨੇ, ਲੋਕਾਂ ਦਾ ਰੋਹ ਸਾਹਮਣੇ ਆ ਗਿਆ, ਕੀ ਲੱਗਦਾ ਸਰਕਾਰ ਤੱਕ ਜਿਹੜਾ ਸੁਨੇਹਾ ਪਹੁੰਚਾਉਣ ਦੀ ਕੋਸ਼ਿਸ਼ ਸੀ ਉਹ ਪਹੁੰਚ ਗਿਆ, ਕਿਉਂਕਿ ਮੀਟਿੰਗਾਂ ਦਾ ਦੌਰ ਤਾਂ ਜਾਰੀ ਹੈ? ਬਿਲਕੁਲ, ਵੇਖੋ ਕੋਈ ਵੀ ਹੈ ਸਿਸਟਮ ਜਿਹੜਾ ਵਾ, ਸਭ ਤੋਂ ਵੱਡੀ ਗੱਲ ਅਸੀਂ ਧੰਨਵਾਦ ਕਰਦੇ ਹਾਂ ਤੁਹਾਡੇ ਮੀਡੀਆ ਦਾ, ਕਿਉਂਕਿ ਜਦੋਂ ਵੀ ਕੋਈ ਗੱਲ ਹੁੰਦੀ ਹੈ ਉਹ ਮੀਡੀਆ ਤੋਂ ਇਲਾਵਾ ਕਦੇ ਵੀ ਗੱਲ ਜਿਹੜੀ ਆ ਦੂਰ ਤੱਕ ਨਹੀਂ ਜਾ ਸਕਦੀ। ਇੱਥੇ ਪਿਛਲੀ ਵਾਰ ਦਾ ਜਿਹੜਾ ਅੰਦੋਲਨ ਆ ਉਹਦੇ ਵਿੱਚ ਵੀ ਮੀਡੀਆ ਨੇ ਬੜਾ ਤਗੜਾ ਅਹਿਮ ਰੋਲ ਅਦਾ ਕੀਤਾ ਸੀ। ਇਸ ਵਾਰ ਵੀ ਜਿੱਦਣ ਸਟਾਰਟ ਹੋਇਆ ਹਾਂ, ਕੁਛ ਜਿਹੜੀਆਂ ਧਿਰਾਂ ਹੈਗੀਆਂ ਉਹ ਮੰਨਦੇ ਆ ਕਿ ਨਹੀਂ ਇਹ ਓਡਾ ਤਗੜਾ ਸਟਰਕਚਰ ਨਹੀਂ ਹੈਗਾ, ਓਡਾ ਤਗੜਾ ਬਿਲਟਅਪ ਨਹੀਂ ਹੋਊਗਾ ਜਿੰਨਾ ਪ੍ਰੈਸ਼ਰ ਅਸੀਂ ਪਿਛਲੀ ਵਾਰੀ ਬਣਾ ਚੁੱਕੇ ਸੀ। ਪਰ ਚਲੋ, ਜਿਹੜੇ ਅਸੀਂ ਜਥੇਬੰਦੀਆਂ ਦੇ ਜਾਂ ਨਾਲ ਜਿਹੜੇ ਜੁੜੇ ਸੀ ਉਹਨਾਂ ਨੂੰ ਪਤਾ ਸੀ ਕਿ ਵੇਖੋ ਇਹ ਕੋਈ ਆਪਣੀ ਰਾਏ ਤੇ ਲੈ ਕੇ ਜਾ ਨਹੀਂ ਰਿਹਾ, ਨਾ ਕੋਈ ਕਿਸੇ ਇੱਕ ਆਪਣੇ ਕੋਈ ਨਿੱਜੀ ਵਾਸਤੇ ਗੱਲ ਕਰਦਾ, ਗੱਲ ਤਾਂ ਹੋ ਰਹੀ ਹੈ ਸਾਰਿਆਂ ਵਾਸਤੇ। ਤੇ ਜਦੋਂ ਸਾਰਿਆਂ ਦੀ ਪੀੜ ਹੋਏ ਤੇ ਉਹਦੇ ਵਿੱਚ ਮੈਨੂੰ ਲੱਗਦਾ ਕਿ ਜਿਹੜਾ ਬੰਦਾ ਚਾਹੇ ਉਹ ਘਰ ਦੇ ਵਿੱਚ ਆ, ਚਾਹੇ ਉਹ ਕਾਰੋਬਾਰੀ ਹੈ, ਚਾਹੇ ਉਹ ਕਿਸੇ ਵੀ ਤਰ੍ਹਾਂ ਦੇ ਨਾਲ ਜੁੜਿਆ ਵਾ, ਉਹਦੀ ਪੀੜ ਜਿਹੜੀ ਉਹਨੂੰ ਪਤਾ ਕਿ ਇਹ ਮੇਰੀ ਪੀੜ ਵਾਸਤੇ ਹੀ ਲੜਨ ਵਾਸਤੇ ਜਾ ਰਹੇ ਆ, ਉਹਦੇ ਕਰਕੇ ਜਨ ਸਲਾਬ ਜਿਹੜਾ ਫਿਰ ਦੁਬਾਰਾ ਉਸੇ ਤਰ੍ਹਾਂ ਦਾ ਹੀ ਬਣ ਚੁੱਕਾ ਵਾ। ਅਸੀਂ ਧੰਨਵਾਦ ਕਰਦੇ ਹਾਂ ਖੱਟਰ ਸਰਕਾਰ ਦਾ ਜਿਹਨੇ ਇਦਾਂ ਦਾ ਰਵੱਈਆ ਅਖਤਿਆਰ ਕੀਤਾ। ਅੱਜ ਤੁਸੀਂ ਵੇਖੋ ਕਿ ਚਾਹੇ ਸਾਰਿਆਂ ਨੂੰ ਇਕੱਠੇ ਕਰ ਦਿੱਤਾ ਹਰ ਵਾਰੀ। ਮੈਂ ਪਿਛਲੀ ਵਾਰੀ ਵੀ ਜਿੱਦਾਂ ਮੰਨ ਲਓ ਆਪਾਂ ਕਹਿੰਦੇ ਹਾਂ ਕਿ ਮੋਦੀ ਸਰਕਾਰ ਦਾ ਧੰਨਵਾਦ ਕਰਦੇ ਹਾਂ ਕਿ ਜਿੰਨੇ ਸਾਨੂੰ ਮੰਨ ਲਓ ਆਪਣੇ ਭਰਾਵਾਂ ਨੂੰ ਇਕੱਠੇ ਕਰ ਦਿੱਤਾ, ਹੁਣ ਨਾ ਤਾਂ ਇਹਦੇ ਵਿੱਚ ਪੰਜਾਬ ਰਹਿ ਗਿਆ, ਹੁਣ ਸਾਡੇ ਤੋਂ ਵੱਧ ਹਰਿਆਣੇ ਵਾਲਿਆਂ ਨੂੰ ਤਾਂ ਗਿਆ ਕਿ ਯਾਰ ਅਸੀਂ ਤੁਹਾਨੂੰ ਮਤਲਬ ਉਹ ਮਹਿਸੂਸ ਕਰਦੇ ਪਏ ਵੀ ਅਸੀਂ ਤੁਸੀਂ ਲੇਟ ਘੁੰਮਣ ਡੇ ਹੋ, ਹਰਿਆਣੇ ਦੇ ਵਿੱਚ ਛੇਤੀ ਆਉਣਾ ਚਾਹੀਦਾ ਹੈ, ਕਿਉਂਕਿ ਇੱਕ ਪਿਆਰ ਬਣ ਗਿਆ। ਇਹ ਪਿਆਰ ਜਿਹੜਾ ਵਾ ਸਰਕਾਰਾਂ ਨੇ ਤੋੜਿਆ ਸੀ, ਜਿਹੜੀਆਂ ਆਪਸੀ ਸਰਹੱਦਾਂ ਇੱਕ ਦੂਜੇ ਵਿੱਚ ਬਣਾਈਆਂ ਸੀ, ਅੱਜ ਦੱਸੋ ਕਿਹੜਾ ਕੋਈ ਪਾਣੀ ਦੀ ਗੱਲ ਕਰ ਉਹਨਾਂ ਕਰਕੇ ਜੁੜ ਗਿਆ। ਇਹ ਤਸਵੀਰਾਂ ਨੇ ਜੀ, ਰਾਤ ਦੀਆਂ ਤਸਵੀਰਾਂ। ਇਹ ਮੋਰਚਾ ਇਹ ਦੇਖੋ, ਇਸੇ ਤਰ੍ਹਾਂ ਤੁਹਾਨੂੰ ਕਿਸਾਨ ਸੜਕਾਂ ਤੇ ਤੁਰਦੇ ਫਿਰਦੇ ਨਜ਼ਰ ਆਉਣਗੇ। ਹਾਲਾਂਕਿ ਇਹ ਦਿੱਲੀ ਵਾਲਾ ਉਹ ਹਾਈਵੇ ਆ ਜਿਹੜੇ ਹਾਈਵੇ ਨੂੰ ਪਾਰ ਕਰਨਾ ਵੀ ਮੁਸ਼ਕਲ ਹੁੰਦਾ ਸੀ, ਜੇ ਕਿਤੇ ਰਾਤ ਨੂੰ ਕੀ ਦਿਨੇ ਵੀ ਪਾਰ ਕਰਨਾ ਤਾਂ ਭੱਜ ਭੁੱਜ ਕੇ ਜਾਂ ਬੜੇ ਤਰੀਕੇ ਨਾਲ ਪਾਰ ਕਰਨਾ ਪੈਂਦਾ ਸੀ। ਇੱਥੋਂ ਗੱਡੀਆਂ ਇੰਨੀ ਤੇਜ਼ੀ ਦੇ ਨਾਲ ਇੰਨੀਆਂ ਜ਼ਿਆਦਾ ਗੱਡੀਆਂ ਲੰਘਦੀਆਂ ਸੀ, ਪਰ ਅੱਜ ਇੱਥੇ ਕਿਸਾਨਾਂ ਦੇ ਘਰ ਪੈ ਗਏ ਨੇ, ਕਿਸਾਨਾਂ ਨੇ ਮੋਰਚਾ ਲਾ ਲਿਆ ਤੇ ਆਹ ਸੜਕਾਂ ਤੇ ਪੈਦਲ ਫਿਰਦੇ ਕਿਸਾਨ ਨੇ, ਗੱਡੀਆਂ ਜਿਹੜੀਆਂ ਨੇ
ਹੁਣ ਇਹ ਸੜਕ ਤੇ ਘੱਟੋ ਘੱਟ ਦਿੱਲੀ ਵਾਲੀਆਂ ਤਾਂ ਨਜ਼ਰ ਨਹੀਂ ਆ ਰਹੀਆਂ। ਤਾਂ ਇਹ ਤਸਵੀਰ ਹੈ ਸ਼ੰਭੂ ਬੈਰੀਅਰ ਤੇ ਲੱਗੇ ਕਿਸਾਨਾਂ ਦੇ ਧਰਨੇ ਦੀਆਂ।